ਦਾ ਸਟਿਕਰ ਲੱਗੀ ਕਾਰ ਹੋਈ ਬੇਕਾਬੂ, ਐਕਟਿਵਾ ਸਵਾਰ ਮਾਂ ਬੇਟੀ ਕੋ ਮਾਰੀ ਟੱਕਰ। ਚੁੰਮਨ ਚੌਂਕ ਕੇ ਪਾਸ ਦੇਰ ਰਾਤ ਪੁਲਿਸ ਦਾ ਸਟਿਕਰ ਲੱਗੀ ਕਾਰ ਬੇਕਾਬੂ, ਕਾਰ ਕੀ ਚਪੇਟ ਮੇਂ ਐਕਟਿਵਾ ਸਵਾਰ ਮਾਂ ਬੇਟੀ ਆ ਗਈ। ਐਕਟਿਵਾ ਸਵਾਰ ਮਹਿਲਾ ਕਾ ਨਾਮ ਰਿਤੂ ਬਤਾਇਆ ਜਾ ਰਹਾ ਹੈ ਔਰ ਸੈਂਟਰ ਟਾਊਨ ਕੀ ਰਹਿਣੇ ਵਾਲੀ। ਰਿਤੂ ਆਪਣੀ ਬੇਟੀ ਕੇ ਸਾਥ ਖਰੀਦਦਾਰੀ ਕਰ ਘਰ ਵਾਪਸ ਜਾ ਰਹੀ ਥੀ। ਚੁੰਮਨ ਚੌਂਕ ਕੇ ਪਾਸ ਸਵਿਫਟ ਕਾਰ ਜਿਸ ਮੇਂ ਏਕ ਯੁਵਕ ਸਵਾਰ ਥੇ, ਤੇਜ਼ ਰਫਤਾਰ ਕਾਰ ਐਕਟਿਵਾ ਕੋ ਟੱਕਰ ਮਾਰ ਦੀ। ਚੁੰਮਨ ਚੌਂਕ ਚੋਂ ਨਾ ਇੱਕ ਕਾਰ ਆ ਰਹੀ ਸੀ, ਇੱਕ ਆਪਣੀ ਕਾਰ ਸਵਿਫਟ, ਅੱਛਾ ਜੀ, ਜਿਹਨੇ ਇੱਕ ਲੇਡੀ ਜਾ ਰਹੀ ਸੀ ਐਕਟਿਵਾ 'ਤੇ, ਉਹਨੂੰ ਹਿੱਟ ਕੀਤਾ, ਜਿਹਦੇ ਨਾਲ ਸੱਟਾਂ ਲੱਗੀਆਂ, ਅੱਛਾ ਜੀ, ਉਹ ਹਸਪਤਾਲ ਦਾਖਲ ਆ। ਇਹਦਾ ਅਸੀਂ ਡਾਕਟਰੀ ਇਲਾਜ ਕਰਾ ਕੇ ਲਿਆਏ ਹਾਂ ਡਰਾਈਵਰ ਦਾ, ਅਤੇ ਇਹਦੀ ਸ਼ਰਾਬ ਪੀਤੀ ਪੁਸ਼ਟੀ ਨਹੀਂ ਹੋਈ, ਡਾਕਟਰ ਸਾਹਿਬ ਕਹਿੰਦੇ ਨਹੀਂ ਪੀਤੀ, ਅੱਛਾ ਜੀ, ਅਤੇ ਹੁਣ ਜੋ ਸਵੇਰੇ ਦੇਖਾਂਗੇ ਜੋ ਅਗਲੀ ਕਾਰਵਾਈ ਅਫਸਰ ਵਾਲਾ ਨੋਟਿਸ ਲਿਆ ਕੇ ਇਹਨਾਂ ਖਿਲਾਫ਼ ਕਰਾਂਗੇ। ਅਤੇ ਸਰ ਜੋ ਮੌਕੇ 'ਤੇ ਦੇਖਿਆ ਜਾਂਦਾ ਤਾਂ ਫਿਰ ਗਲਤੀ ਕਿਹਦੀ ਹੈ ਜੀ? ਹਾਂਜੀ, ਗਲਤੀ ਕਿਹਦੀ ਹੈ ਜੀ? ਗੱਡੀ ਵਾਲੇ ਦੀ ਐਕਟਿਵਾ ਦੀ? ਇਹ ਤੇਜ਼ ਆ ਰਹੇ ਸੀ, ਤੇਜ਼ ਤਾਰ ਨੂੰ ਇਹਨਾਂ ਨੇ ਹਿੱਟ। ਅੱਛਾ ਜੀ, ਸਰ ਜਿਵੇਂ ਕਿ ਉੱਥੋਂ ਪਤਾ ਚੱਲਿਆ ਕਿ ਇਹਨਾਂ ਨੇ ਰੈੱਡ ਲਾਈਟ ਕ੍ਰੋਸ ਕੀਤੀ ਹੈ? ਨਹੀਂ, ਇਹਦੇ ਬਾਰੇ ਨਹੀਂ ਪਤਾ ਲੱਗਾ ਅਤੇ ਲਾਈਟ ਕ੍ਰੋਸ ਇਹਨਾਂ ਨੇ ਕੀਤੀ ਹੈ ਜਾਂ ਉਹਨੇ ਕੀਤੀ ਹੈ, ਇਹਦੇ ਬਾਰੇ ਅਜੇ ਪੱਕਾ ਪਤਾ ਨਹੀਂ ਲੱਗਾ। ਅੱਛਾ ਜੀ, ਅਤੇ ਸਰ ਕਿਸੇ ਦੀ ਕੋਈ ਜਾਨੀ ਨੁਕਸਾਨ ਨੂੰ ਕੋਈ ਜਾਨੀ ਨੁਕਸਾਨ? ਹਾਂਜੀ, ਕਿਸੇ ਨੂੰ ਕੋਈ ਜਾਨੀ ਨੁਕਸਾਨ ਹੋਇਆ? ਕਿੱਦਾਂ ਕਿੱਦਾਂ? ਕਿਸੇ ਨੂੰ ਕੋਈ ਜਾਨੀ ਨੁਕਸਾਨ ਹੋਇਆ? ਨਹੀਂ ਨਹੀਂ, ਇਹ ਤਾਂ ਕੋਈ ਨਹੀਂ, ਇੱਥੇ ਸੱਟਾਂ ਹੀ ਲੱਗੀਆਂ। ਅੱਛਾ ਜੀ, ਅਤੇ ਕਿਹੜੇ ਹੋਸਪਿਟਲ ਐਡਮਿਟ ਨੇ ਜੀ? ਹੋਸਪਿਟਲ ਪਹਿਲਾਂ ਕਿਤੇ ਲੈ ਗਏ ਸੀਗੇ ਉਹਨਾਂ ਨੂੰ ਪਿੰਸ। ਅੱਛਾ ਜੀ, ਕਈ ਲੋਕ। ਅਤੇ ਸਰ ਜਿਵੇਂ ਕਿ ਇਹਨਾਂ ਦੀ ਗੱਡੀ ਦੇ ਉੱਤੇ ਪੁਲਿਸ ਲਿਖਿਆ ਹੋਇਆ ਸੀਗਾ, ਗੱਡੀ ਦੇ ਉੱਤੇ ਪੁਲਿਸ ਲਿਖਿਆ ਹੋਇਆ ਸੀਗਾ? ਨਹੀਂ ਨਹੀਂ, ਲਿਖਿਆ ਹੋਇਆ ਗੱਡੀ ਦੇ ਉੱਤੇ ਪੁਲਿਸ ਜੀ, ਅਤੇ ਉਹਦੇ ਬਾਰੇ? ਹਾਂ, ਗੱਡੀ ਦੇ ਪੁਲਿਸ ਲਿਖਿਆ, ਗੱਡੀ ਇਹਦੇ ਡੈਡੀ ਦੀ ਹੈ ਜੋ ਏ ਸੀ ਲੁਧਿਆਣਾ ਪੁਲਿਸ ਵਿੱਚ। ਅੱਛਾ ਜੀ, ਉਹਨਾਂ ਦਾ ਨਾਮ ਕੀ ਹੈ ਜੀ? ਉਹਨਾਂ ਰੇਸ਼ਮ ਸਿੰਘ। ਠੀਕ ਹੈ ਜੀ, ਸ਼ੁਕਰੀਆ। ਜਲੰਧਰ ਸੇ ਰਾਜਨ ਭਗਤ ਸਿੰਘ ਤੋਂ।